ਕਿਵੇਂ ਚੋਣਾ ਸੀ, ਕਿਹਦੇ ਕਿਹਦੇ ਮਗਰ ਲੱਗਣਾ, ਕਿਹਦੇ ਮਗਰ ਅਸੀਂ ਉੱਠ ਕੇ ਜਾਣਾ ਵਾ? ਤੁਸੀਂ ਕਿਸੇ ਏਜੰਟ ਨਾਲ ਦਲੀਲ ਨਾਲ ਗੱਲ ਕਰ ਸਕਦੇ ਹੋ ਪੁਆਇੰਟਾਂ ਤੇ? ਫੇਸਬੁੱਕ ਜਦੋਂ ਖੋਲ ਲੋ ਉਹੀ ਰੰਡੀ ਰੋਣਾ, ਉਹੀ ਕੰਜਰ ਖਾਣਾ। ਆਪਣੇ ਚੈਨਲ ਦੇ ਜੁਆਇਨ ਬਟਨ ਵੀ ਆ ਗਿਆ, ਮੈਂਬਰ ਬਣ ਜਾਣਗੇ, ਬਣ ਜਾਂਦੇ ਮੈਂਬਰ ਘਰਦੇ ਦਾ ਬਣਾਵਾਂ। ਵੈਲਕਮ ਆ ਜੀ ਤੁਹਾਡਾ ਸਾਡੇ ਇੱਕ ਨਵੇਂ ਵਲੌਗ ਦੇ ਵਿੱਚ। ਅਤੇ ਅੱਜ ਕਿੰਨਵਾਂ ਰੋਜ਼ਾ ਸਲੀਮੇ? ਪੰਜਵਾਂ ਰੋਜ਼ਾ। ਰੋਜ਼ੇ ਮਾਸ਼ਾਅੱਲਾ ਬਹੁਤ ਸੋਹਣੇ ਜਾ ਰਹੇ ਨੇ, ਵਧੀਆ ਤਰੀਕੇ ਨਾਲ। ਅਤੇ ਅਸੀਂ ਲੱਗੇ ਹੋਏ ਹਾਂ ਦੋਨੇ ਭਰਾ, ਸਾਰੀ ਫੈਮਿਲੀ ਰੋਜ਼ੇ ਰੱਖਣ ਲੱਗੀ ਆ। ਇਹ ਤੁਹਾਡਾ ਛੋਟਾ ਬਾਈ ਕਿਵੇਂ ਆ? ਰਿਕੁਐਸਟ ਕੀਤੀ ਆ ਬਈ, ਹਜੇ ਉਹਨਾਂ ਚ ਵੀ ਹੈਗੇ ਦੋ ਚਾਰ ਬੰਦੇ ਔਖੇ, ਮਤਲਬ ਉਹਨਾਂ ਨੂੰ ਕਿਹੜਾ ਮਹੀਨੇ ਦਾ ਲਾਊਗਾ ਤੁਹਾਡੇ ਤੇ। ਸਾਡੇ ਸਕਿਆ ਨੇ ਸਾਡੇ ਥੋੜਾ ਜਵਾਬ ਦਿੱਤਾ ਵਾ, ਤੇ ਹੁਣ ਬਾਕੀ ਦੇਖਦੇ ਆ। ਭਾਣਜੀ ਨੂੰ ਵੀ ਕਿਹਾ ਸੀਗਾ, ਹਾਂ ਸੀ ਆਦੀ ਭਾਣਜੀ ਨੂੰ ਵੀ ਕਿਹਾ ਸੀ, ਮਾਮਾ ਜੀ ਵੀ ਮਹੀਨੇ ਦੇ $3 ਕੌਣ ਲਾ? ਉਹ ਕੈਨੇਡਾ ਜਾਂਦੇ $3 ਚੱਲ ਚੱਲ ਕੋਈ ਗੱਲ ਨੀ, ਚਲੋ ਠੀਕ ਆ, ਆਪਦੇ ਸਕਿਆ ਨੂੰ ਕਹਿ ਦਾਂਗੇ, ਉਹ ਵੀ ਇੱਕ ਦੋ ਬੰਦਿਆਂ ਨੂੰ। ਤੇ ਅੱਜ ਵਲੌਗ ਆਪਾਂ ਸਟਾਰਟ ਕੀਤਾ ਪੰਜਾਬ ਦੇ ਜਿਹੜੇ ਹਾਲਾਤ ਚੱਲਦੇ ਨੇ, ਹੈ ਨਾ, ਅਤੇ ਉਹਨਾਂ 'ਤੇ ਆਪਾਂ ਅੱਜ ਗੱਲਬਾਤ ਕਰਨੀ ਆ। ਬੜੇ ਅੱਜ ਕੱਲ੍ਹ ਸਮਾਜ ਸੇਵੀ ਉੱਠੇ ਹੋਏ ਨੇ ਪੰਜਾਬ ਦੇ ਵਿੱਚ, ਅਤੇ ਹਰੇਕ ਹੀ ਕੋਈ ਅੱਜ ਕੱਲ੍ਹ ਏਜੰਟਾਂ ਦਾ ਵੀ ਰੌਲਾ ਬਹੁਤ ਪਿਆ ਹੋਇਆ, ਏਜੰਟਾਂ ਦਾ ਵਾਲਾ ਪਿਆ ਹੋਇਆ। ਅਤੇ ਇਹ 'ਤੇ ਆਪਾਂ ਵਿਸਥਾਰ ਪੂਰਵਕ ਗੱਲ ਕਰਨੀ ਆ ਅੱਜ, ਪ੍ਰੋਪਰ ਤਰੀਕੇ ਨਾਲ, ਸਹੀ ਆ ਨਾ? ਅਤੇ ਸਾਡੇ ਨਾਲ ਬਣੇ ਰਹੋ, ਫਿਰ ਮਿਲਦੇ ਹਾਂ ਆਪਾਂ। ਬਾਬਾ ਲੋ ਵੀ ਗੱਡੀ ਆਪਾਂ ਕਰਤੀ ਆ ਪਾਰਕ, ਹੈ ਨਾ, ਪਾਰਕ। ਅਤੇ ਹੁਣ ਆਪਾਂ ਜਿਹੜੇ ਮੈਂ ਗੱਲ ਕਹੀ ਸੀਗੀ, ਅੱਜ ਕੱਲ੍ਹ ਪੰਜਾਬ ਦਾ ਮਾਹੌਲ ਥੋੜ੍ਹਾ ਜਿਹਾ, ਅਤੇ ਤੈਨੂੰ ਵੀ ਦਿੰਦੇ ਹੋਣਾ ਛੋਟੇ, ਹੈ ਨਾ, ਫੇਸਬੁੱਕ 'ਤੇ ਤਾਂ ਇਹੀ ਕੁਛ ਚੱਲਦਾ ਰਹਿੰਦਾ ਬਾਈ। ਐਂਡ ਤੂੰ ਫੇਸਬੁੱਕ ਜਦੋਂ ਖੋਲ ਲਓ ਉਹੀ ਰੰਡੀ ਰੋਣਾ, ਉਹੀ ਕੰਜਰ ਖਾਣਾ। ਤੂੰ ਟਿਕਟੋਕ ਖੋਲ, ਜਾਣੀ ਕਿ ਮਜ਼ੇ ਜ਼ਿੰਦਗੀ ਦੇ, ਇੰਸਟਾ ਰੀਲ ਖੋਲ ਲਾ, ਹੈ ਨਾ, ਨੱਚਣਾ ਗਾਉਣਾ ਦੂਰ ਦੂਰ, ਫੇਸਬੁੱਕ ਖੋਲ, ਆ ਮਰ ਗਿਆ ਜੀ, ਵਾਟੋ ਵਾਡੋ ਲੱਟ ਖੋ, ਡਕੈਤੀਆਂ ਚੋਰੀਆਂ ਚੱਲੀਆਂ, ਚਿੱਟਾ ਜੋ ਕੀ ਦਾਰੂ ਸ਼ਰਾਬ, ਫੇਸਬੁੱਕ ਰੋਣਾ ਰਹਿ ਗਿਆ ਯਾਰ, ਫੇਸਬੁੱਕ ਤੇ ਸਾਲਾ ਉਹੀ ਰੋਣਾ ਰਹਿ ਗਿਆ, ਸਹੀ ਗੱਲ, ਹੈ ਨਾ। ਤੇ ਤੁਸੀਂ ਰੀਲ ਖੋਲ ਲਓ ਇੰਸਟਾ ਦੀ, ਟਿਕਟੋਕ ਦੀ ਖੋਲ ਲਓ, ਹੈ ਨਾ, ਆਰਾਮ ਨਾਲ ਲੱਗ ਜਾਵੇ, ਦੁਨੀਆਂ ਤੇ ਗਰੀਬੀ ਹੈ ਹੀ ਨਹੀਂ, ਟੈਨਸ਼ਨ ਹੈ ਹੀ ਨਹੀਂ, ਕਿਸੇ ਨੂੰ ਟੈਨਸ਼ਨ ਹੈ ਹੀ ਨਹੀਂ, ਹੈ ਨਾ, ਆਹ ਚੀਜ਼ ਆ। ਤੇ ਆਹ ਚੀਜ਼ਾਂ ਦੇਖਦੇ ਤੇ, ਲੇਕਿਨ ਹੁਣ ਫਿਰ ਕਈ ਗੱਲਾਂ ਸੱਚ ਵੀ ਲੱਗਦੀਆਂ ਨੇ, ਕਈ ਹੁਣ ਡਰ ਵੀ ਲੱਗਦਾ ਵਾ ਦੇਖ ਕੇ ਸਾਰਾ ਕੁਛ, ਹੈ ਨਾ। ਤੇ ਆਪਣੇ ਮਤਲਬ ਜਜ਼ਬਾਤੀ ਬੰਦੇ ਵੀ ਨੇ ਸਾਰੇ, ਸਹੀ ਆ, ਹੈ ਨਾ। ਤੇ ਜਦੋਂ ਉਹਨਾਂ ਨੂੰ ਕੋਈ ਚੀਜ਼ ਮਤਲਬ ਮੂਹਰੇ ਜਾਂ ਉਹਨਾਂ ਦਿਲ ਦੁਖਦਾ ਜਾਂ ਦਿਮਾਗ ਜਾਂ ਕੋਈ ਉਹਨਾਂ ਨੂੰ ਠੇਸ ਪਹੁੰਚਦੀ ਆ, ਉਹ ਫਿਰ ਉਤਾਵਲੇ ਹੋ ਕੇ ਤੁਰ ਪੈਂਦੇ ਆ, ਹੈ ਨਾ, ਰੋਡਾਂ ਦੇ ਉੱਤੇ, ਠੀਕ ਹੈ ਨਾ। ਗੱਲ ਹੈਗੀ ਆ, ਪਹਿਲਾਂ ਮੈਂ ਇੱਕ ਗੱਲ ਕਲੀਅਰ ਕਰਦਾ, ਨਾ ਤਾਂ ਅਸੀਂ ਕਿਸੇ ਏਜੰਟ ਦਾ ਪੱਖ ਮਾਰਦੇ ਹਾਂ ਇਹ ਵੀਡੀਓ ਵਿੱਚ ਮਾਰਨਾ ਵਾ, ਅਤੇ ਨਾ ਅਸੀਂ ਜਿਹੜੇ ਅੱਜ ਕੱਲ੍ਹ ਦੇ ਬਣੇ ਫਿਰਦੇ ਨੇ ਸੋਸ਼ਲ ਵਰਕਰ, ਹੈ ਨਾ, ਲੋਕਾਂ ਦੇ ਹਮਾਇਤ ਅਤੇ ਲੋਕਾਂ ਦੇ ਨੁਮਾਇੰਦੇ ਮਸੀਹੇ ਬਣੇ ਫਿਰਦੇ ਨੇ ਜਿਹੜੇ, ਹੈ ਨਾ ਅਸੀਂ ਉਹਨਾਂ ਦਾ ਪੱਖ ਮਾਰਨਾ। ਸਾਡਾ ਦੋਨਾਂ ਪਾਰਟੀਆਂ ਸ਼ਾਰਟੀਆਂ ਨਾਲ, ਦੋਨਾਂ ਧਿਰਾਂ ਨਾਲ ਕੋਈ ਲੈਣਾ ਦੇਣਾ ਨਹੀਂ, ਸਿਰਫ ਲੈਣਾ ਦੇਣਾ ਇਹ ਆ, ਜਣੇ ਖਣੇ ਨੂੰ ਲੀਡਰ ਮੰਨ ਕੇ ਨਾ ਤੁਰ ਪਿਆ ਕਰੋ। ਪੰਜਾਬੀ ਜਜ਼ਬਾਤੀ ਨੇ, ਇੰਨੇ ਜਜ਼ਬਾਤੀ ਆਪਣੇ ਬੰਦੇ, ਹੈ ਨਾ, ਕੋਈ ਇੱਕ ਵਾਰੀ ਉੱਠ ਕੇ ਬੋਲ ਦੇਵੇ, ਹਾਂ, ਉਹਦੇ ਪਿੱਛੇ ਲੱਗ ਜਾਂਦੇ ਯਾਰ, ਉਹ ਚੰਗਾ ਮਾੜਾ ਉਹ ਨਹੀਂ ਦੇਖਣਾ, ਉਹਦੇ ਪਿੱਛੇ ਲੱਗ ਜਾਣਾ ਬਸ, ਮੁੜ ਕੇ ਜਿਹੜਾ ਕੁਛ ਕਹੀ ਜਾਊ ਉਹ ਸਹੀ ਸਹੀ ਮੰਨੀ ਜਾਣਾ, ਉਹਦੇ ਮੂਹਰੇ ਤੁਸੀਂ ਨਾਅਰੇ ਲਾਉਣ ਲੱਗ ਜਾਂਦੇ ਹੋ, ਉਹਦੇ ਜਦੋਂ ਜੋ ਬੋਲਦਾ ਉਹਦੇ ਮੂਹਰੇ ਉਹਨੂੰ ਫੁੱਲਾਂ ਹੱਥਾਂ 'ਤੇ ਚੱਕ ਲੈਂਦੇ ਹੋ, ਹੈਂ। ਗੱਲ ਹੈਗੀ ਇਹ, ਜਿਹੜਾ ਹੁਣ ਰੀਸੈਂਟਲੀ ਪੰਗਾ ਪਿਆ ਵਾ ਸਿੱਧੂ ਦਾ ਅਤੇ ਉਹ ਸਕਾਈ ਬਰਡ ਵਾਲਿਆਂ ਦਾ, ਹੈ ਨਾ, ਸਕਾਈ ਬਰਡ ਵਾਲਿਆਂ ਦਾ। ਪਹਿਲਾਂ ਆਪਾਂ ਗੱਲ ਕਰ ਲਈ ਏਜੰਟਾਂ ਦੀ, ਏਜੰਟਾਂ ਦੀ ਗੱਲ ਆਪਾਂ, ਮੇਰੀ ਗੱਲ ਸੁਣੋ, ਸਦੀਆਂ ਤੋਂ ਚੱਲਦਾ ਆ ਰਿਹਾ ਏਜੰਟਾਂ ਨਾਲ ਰੌਲਾ, ਠੀਕ ਹੈ ਨਾ, ਏਜੰਟਾਂ ਨਾਲ ਰੌਲਾ ਸਦੀਆਂ ਤੋਂ ਚੱਲਦਾ ਆ ਰਿਹਾ। ਮੈਨੂੰ ਏਜੰਟ ਨੇ ਲੁੱਟ ਲਿਆ, ਮੇਰੇ ਪੈਸੇ ਮਾਰ ਲਏ, ਮੇਰੇ ਪੈਸੇ ਦੱਬ ਲਏ, ਇਹ ਕਰ ਲਿਆ, ਉਹ ਕਰ ਲਿਆ, ਅਤੇ ਤੁਹਾਨੂੰ ਕੀ ਲੱਗਦਾ ਏਜੰਟਾਂ ਨੇ ਆਪਦੇ ਆਪ ਨੂੰ ਇੰਪਰੂਵ ਨਹੀਂ ਕੀਤਾ? ਉਹਨਾਂ ਨੇ ਕੋਈ ਐਸਾ
ਐਸਾ ਰਸਤਾ ਨਹੀਂ ਕੱਢਿਆ ਹੋਊ, ਇਹ ਰਾਹ ਨਹੀਂ ਕੱਢਿਆ ਹੋਊ ਕਿ ਉਹ ਆਪਦੇ ਆਪ ਨੂੰ ਬਚਾ ਸਕਣ, ਹਨਾ? ਡਾਕੂਮੈਂਟੇਸ਼ਨ ਫੁੱਲ ਹੁੰਦੇ ਆ ਬਾਈ ਉਹਨਾਂ ਦੇ ਹੁਣ। ਜਦੋਂ ਅੱਜ ਕੱਲ ਮੈਂ ਪਹਿਲਾਂ ਤੁਹਾਨੂੰ ਗੱਲ ਦੱਸਦਾ, ਜਦੋਂ ਅੱਜ ਕੱਲ ਕੋਈ ਏਜੰਟ ਉਹ ਤੁਹਾਨੂੰ ਉਹ ਐਡਵਰਟਾਈਜ਼ਮੈਂਟ ਜ਼ਰੂਰ ਕਰਦੇ ਨੇ, ਆਪਾਂ ਐਡਵਰਟਾਈਜ਼ਮੈਂਟ ਸੋਸ਼ਲ ਮੀਡੀਆ ਦੇਖਦੇ, ਉਹਨਾਂ ਨੂੰ ਦੇਖ ਕੇ ਆਪਾਂ ਉਹਨਾਂ ਕੋਲ ਜਾਂਦੇ ਹਾਂ, ਠੀਕ ਹੈ, ਲੇਕਿਨ ਉਹ ਪੁੱਛ ਨਹੀਂ ਕਰਦੇ ਵੀ ਤੁਸੀਂ ਸਾਡੇ ਕੋਲ ਆ ਕੇ ਸਾਨੂੰ ਐਂ ਦਿਓ ਇਹ ਦਿਓ। ਅਗਰ ਸਾਡਾ ਦਿਲ ਮੰਨਦਾ ਤਾਂ ਹੀ ਉਹਨੂੰ ਪੈਸੇ ਫੜਾਵਾਂਗੇ ਆਪਾਂ। ਜਦੋਂ ਆਪਾਂ ਜਦੋਂ ਕੋਈ ਪੈਸੇ ਫੜਾਉਣੇ, ਇਹ ਸੋਚਦੇ ਵੀ ਸਾਡਾ ਕੰਮ ਓਰੀਜਨਲ ਹੋਊ, ਜੈਨੂਇਨ ਹੋਊ, ਹਨਾ, ਇਹ ਸੋਚ ਕੇ ਆਪਾਂ ਪੈਸੇ ਫੜਾ ਦਿੰਦੇ ਹਾਂ। ਤੁਹਾਨੂੰ ਕੀ ਲੱਗਦਾ ਉਹਨੇ ਪੇਪਰ 'ਤੇ ਤੁਹਾਡੇ ਤੋਂ ਸਾਈਨ ਨਹੀਂ ਕਰਾਏ ਹੋਣਗੇ, ਤੁਹਾਡੀ ਵੀਡੀਓ ਨਹੀਂ ਬਣਾਈ ਹੋਊ? ਅੱਜ ਕੱਲ੍ਹ ਦੇ ਏਜੰਟ ਇੰਨੇ ਕੁ ਜ਼ਿਆਦਾ ਸਿਆਣੇ ਹੋ ਗਏ ਨੇ, ਉਹਨਾਂ ਨੂੰ ਵੀ ਪਤਾ। ਔਰ ਮੈਨੂੰ ਜਿੱਥੇ ਤੱਕ ਲੱਗਦਾ ਸਾਰੇ ਏਜੰਟਾਂ ਨੂੰ ਆਪਾਂ ਗਲਤ ਨਹੀਂ ਕਹਿ ਸਕਦੇ, ਕੋਈ ਹੋਣਗੇ ਜਿਨ੍ਹਾਂ ਨੇ ਜਿਹੜੇ ਪੁਰਾਣੇ ਏਜੰਟ ਦਸਾਂ 20-25 ਸਾਲਾਂ ਨੂੰ ਚੱਲੇ ਆਉਂਦੇ ਨੇ, ਹਨਾ, ਗਲਫ ਕੰਟਰੀਆਂ 'ਚ ਭੇਜਦੇ ਆ, ਯੂਰਪ ਕੰਟਰੀਆਂ 'ਚ, ਫੋਰਨ ਕੰਟਰੀਆਂ 'ਚ ਭੇਜਦੇ ਆ ਬੰਦੇ, ਉਹਨਾਂ ਨੇ ਆਪਦੇ ਆਪ ਨੂੰ ਬਚਾਉਣ ਲਈ ਇਹ ਪੇਪਰ ਵਰਕ ਵੀ ਸਟਾਰਟ ਕੀਤਾ। ਜਿਹਨੇ ਠੱਗੀ ਕਰਨੀ ਆ ਉਹ ਥੱਲੇ ਵਾਲੇ ਜਿਹੜੇ ਜਿਹੜਾ ਨਵਾਂ 2-4 ਮਹੀਨੇ ਦੇ ਵਿੱਚ ਦੁਕਾਨ ਪਾਈ, ਪੋਸਟਰ ਲਾਏ, ਬੰਦੇ ਇਕੱਠੇ ਕੀਤੇ, ਪੈਸੇ ਇਕੱਠੇ ਕੀਤੇ, ਮਾਰੀ ਡਾਰੀ ਨਿਕਲ ਗਿਆ, ਉਹ ਤੁਹਾਨੂੰ ਅੱਜ ਵੀ ਠੱਗ ਮਿਲ ਜਾਣਗੇ, ਠੀਕ ਆ। ਲੇਕਿਨ ਜਿਹੜਾ ਹੁਣ ਆਪਾਂ ਪੈਸੇ ਫੜਾ ਤੇ, ਤੁਹਾਡੇ ਪੇਪਰਾਂ 'ਤੇ ਸਾਈਨ ਹੋ ਗਏ, ਕੰਟਰੈਕਟ ਸਾਈਨ ਹੋ ਗਿਆ, ਸਾਰਾ ਕੁਛ ਹੋ ਗਿਆ, ਤੁਹਾਡਾ ਕੰਮ ਉਹਨੂੰ ਤੁਹਾਡਾ ਕੰਮ ਹੈਗਾ ਵੀਜ਼ਾ ਲੈ ਕੇ ਦੇਣਾ, ਲੈ ਕੇ ਦੇ ਤਾ, ਓਕੇ, ਇੱਥੇ ਤੱਕ ਓਕੇ, ਹਨਾ। ਕਈ ਕੇਸ ਮੈਂ ਇਹੋ ਜਿਹੇ ਤੁਹਾਨੂੰ ਗਿਣਾ ਸਕਦਾ, ਕਈ ਕੇਸ ਸਾਡੇ ਸਾਹਮਣੇ ਇੱਥੇ ਵੀ ਦੁਬਈ ਦੇ ਵਿੱਚ, ਦੁਬਈ ਦੀ ਮੈਂ ਲੈ ਕੇ ਗੱਲ ਚੱਲਦਾ, ਇਹੋ ਜਿਹੇ ਗੱਲ ਇੱਥੇ ਬੰਦੇ ਆਉਂਦੇ ਨੇ। ਪਹਿਲਾਂ ਵੀ ਅਸੀਂ ਡਿਸਕਸ ਕੀਤਾ, ਕਿਉਂ ਅਸਲੀ ਮੈਂ 2-3 ਵੀਡੀਓ ਪਾਈਆਂ ਆਪਾਂ, ਹਨਾ, ਪਹਿਲਾਂ ਵੀ ਬੰਦੇ ਆਉਂਦੇ ਨੇ ਇੱਥੇ ਵਿਜ਼ਿਟ ਵੀਜ਼ੇ 'ਤੇ, 60 ਦਿਨ ਦਾ ਵੀਜ਼ਾ, 90 ਦਿਨ ਦਾ ਵੀਜ਼ਾ ਲੈ ਕੇ ਆਉਣਗੇ, ਉਹ ਇੱਥੇ ਕਿਸੇ ਯਾਰ ਦੋਸਤ ਕੋਲ ਸਟੇ ਕਰਦੇ ਨੇ, ਯਾਰ ਦੋਸਤ ਵੀ ਰੱਖ ਲੈਂਦਾ, ਚੱਲ ਯਾਰ ਮੇਰੇ ਪਿੰਡ ਦਾ ਮੁੰਡਾ ਆ ਤਾਂ ਮੇਰਾ ਦੋਸਤ ਆ, ਚੱਲ ਮੈਂ ਰੱਖ ਲੈਂਦਾ। ਪਿਓ ਦੇ ਪੁੱਤ 90% 10% ਮੁੰਡੇ ਜਿਹੜੇ ਬਾਹਰ ਨਿਕਲ ਕੇ ਕੰਮ ਲੱਭਦੇ ਹੋਣੇ ਆ, 90% ਮੁੰਡੇ ਆਰਾਮ ਨਾਲ ਸਵੇਰੇ ਉੱਠ ਕੇ ਨੈੱਟ ਮਿਲਿਆ ਹੁੰਦਾ, ਵਾਈਫਾਈ ਫ੍ਰੀ, ਹਨਾ, ਤਾਂ ਨੈੱਟ ਝਾੜ ਕੇ ਚੰਗੀ ਤਰ੍ਹਾਂ ਸੌਂ ਕੇ ਖਾਣਾ ਪਾਣੀ ਯਾਰ ਦੋਸਤ ਦਿੰਦੇ ਆ ਉਹਨੂੰ, ਪ੍ਰੋਵਾਈਡ ਕਰਦੇ ਆ, ਜਿਹਨੇ ਮਹੀਨਾ ਫ੍ਰੀ ਮਿਲਦਾ, ਹੈ ਬੈਠੇ ਪੈਗ ਤਾਂ ਫ੍ਰੀ ਮਿਲ ਜਾਂਦਾ, ਸਾਰੀ ਚੀਜ਼ ਬਾਹਰ ਨਿਕਲ, ਉਹਨੂੰ ਯਾਰ ਦੋਸਤ ਵੀ ਕਹਿੰਦਾ ਯਾਰ ਤੂੰ ਬਾਹਰ ਨਿਕਲ ਕੰਮ ਲੱਭ ਮਿਲ ਜੂ, ਨਹੀਂ ਲੇਕਿਨ ਹਿੰਮਤ ਨਹੀਂ ਮਾਰਨੀ। ਯਾਰ ਕਿੰਨੇ ਹੀ ਕੇਸ ਮੈਂ ਦਿਖਾ ਦੂੰ, ਯਕੀਨ ਮੰਨੇ ਸਾਡੇ ਕੋਲ ਬਹੁਤ ਮੁੰਡੇ ਆਉਂਦੇ ਆ, ਸਾਨੂੰ ਬਹੁਤ, ਅਸੀਂ ਇੱਥੇ ਐਕਸਪੀਰੀਅੰਸਡ ਹੋਏ ਹਾਂ ਚੀਜ਼ਾਂ ਨਾਲ, ਠੀਕ ਹੈ ਨਾ। ਐਂਡ ਤੇ ਉਹਨੇ ਕੀ ਕਹਿਣਾ, ਘਰੇ ਫੋਨ ਲਾ ਲੈ ਕੇ ਮੈਨੂੰ ਤਾਂ ਏਜੰਟ ਨੇ ਫਸਾਤਾ, ਮੈਨੂੰ ਜੋ ਉੱਥੇ ਏਜੰਟ ਨੇ ਐਂ ਕਰਨ ਨੂੰ ਭੇਜਿਆ ਸੀਗਾ, ਠੀਕ ਹੈ ਏਜੰਟ ਨੇ ਤੁਹਾਨੂੰ ਇੱਥੇ ਬੁਲਾ ਲਿਆ, ਪਹਿਲਾਂ ਤਾਂ ਵਿਜ਼ਿਟ ਵੀਜ਼ਾ 'ਤੇ ਆਉਣਾ ਨਹੀਂ ਚਾਹੀਦਾ, ਜਦੋਂ ਤੁਸੀਂ ਆ ਗਏ ਅੱਖਾਂ ਬੰਦ ਕਰਕੇ ਅੱਖਾਂ 'ਤੇ ਪੱਟੀ ਬੰਨ ਕੇ ਤੁਸੀਂ ਆ ਜਾਂਦੇ ਹੋ, ਹਨਾ, ਅਤੇ ਇੱਥੇ ਆ ਕੇ ਫਿਰ ਤੁਸੀਂ ਆਪਦੀ ਹਿੰਮਤ ਮਾਰ ਲਓ ਯਾਰ, ਤੁਸੀਂ 90 ਲੱਖ 1 ਲੱਖ ਰੁਪਏ ਲਾ ਕੇ ਆਏ ਹੋ, ਤਾਂ ਇੱਥੇ ਆ ਕੇ ਤੁਸੀਂ ਚੱਲ ਠੀਕ ਹੈ ਏਜੰਟ ਨੇ ਫਸਾ ਤਾ, ਸਟਿਲ ਤੁਸੀਂ ਕੰਟਰੀ ਦੇ ਵਿੱਚ ਤਾਂ ਹੈਗੇ ਨਾ, ਤੁਹਾਡਾ ਵੀਜ਼ਾ ਵੈਲਿਡ ਆ, ਲੱਭੋ ਉੱਠ ਕੇ ਬਾਹਰ ਤਾਂ ਨਿਕਲੋ, ਕੰਮ ਤਾਂ ਲੱਭੋ, ਕੰਮ ਲੱਭ ਕੇ ਆਪਦਾ ਉਹਨੂੰ ਥੋੜਾ ਅੱਗੇ ਪ੍ਰੋਸੈਸ ਕਰੋ, ਮੁੰਡਿਆਂ ਨਾਲ ਵਿਚਰੋ, ਲੇਕਿਨ ਨਹੀਂ, ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਮਹੀਨਾ ਖੰਡ ਵਿਜ਼ਿਟ ਵੀਜ਼ਾ ਟਾਈਮ ਪਾਰ ਕਰਨਾ ਹੁੰਦਾ, ਤੇ ਪਿੱਛੋਂ ਮੂੜੀ ਚਾੜੀ ਹੁੰਦੀ ਆ, ਮੈਨੂੰ ਏਜੰਟ ਨੇ ਫਸਾ ਤਾ, ਮੈਨੂੰ ਏਜੰਟ ਨੇ ਉਹ ਕਰਤਾ, ਮੈਂ ਸਾਨੂੰ ਆਪਾਂ ਨੂੰ ਜੋ ਗੱਲ ਕਹੀ ਸੀ ਉਹ ਤੇ ਪੂਰਾ ਨਹੀਂ ਉਤਰਿਆ, ਨਹੀਂ ਏਜੰਟ ਸਾਰੇ ਮਾੜੇ ਨਹੀਂ ਹੁੰਦੇ, ਜ਼ਿਆਦਾ ਮਾੜੇ ਆਪਣੇ ਵਰਗੇ ਲੋਕ ਵੀ ਹੁੰਦੇ ਨੇ, ਜਿਹੜੇ ਲੋਕ ਵੀ ਮਾੜੇ ਹੁੰਦੇ ਆ, ਆਪਾਂ ਏਜੰਟ ਦਾ ਪੱਖ ਨਹੀਂ ਲੈਂਦੇ, ਏਜੰਟ ਬਹੁਤ ਮਾੜੇ ਆ, ਗਲਤ ਵੀ ਕਰਦੇ ਆ, ਕੀ ਕਹਿ ਕੇ ਕਿੱਧਰ ਭੇਜ ਦਿੰਦੇ ਆ, ਬਟ ਅੱਜ ਦੇ ਟਾਈਮ ਦੇ ਵਿੱਚ ਜ਼ਿਆਦਾਤਰ ਏਜੰਟ ਸਹੀ ਵੀ ਚੱਲ ਰਹੇ ਆ, ਡਾਕੂਮੈਂਟੇਸ਼ਨ ਲੈ ਕੇ ਤੈਨੂੰ ਦੱਸ ਕੇ ਵਿਜ਼ਿਟ ਵੀਜ਼ਾ, ਤੁਹਾਨੂੰ ਨਹੀਂ ਪਤਾ ਵਿਜ਼ਿਟ ਵੀਜ਼ਾ 'ਤੇ ਭੇਜ ਰਿਹਾ, ਤੁਹਾਨੂੰ ਕੰਮ ਨਹੀਂ ਮਿਲਣਾ ਉੱਥੇ, ਤੁਹਾਨੂੰ ਲੱਭਣਾ ਪੈਣਾ, ਆਪ ਹੀ ਉਹਨੇ 1.5-1.5 ਲੱਖ ਦੇ ਕੇ, ਕਿਉਂ ਬਈ? ਹਾਂ, ਇਹ ਚੀਜ਼ਾਂ ਹੁਣ ਮੇਰੀ ਇੱਕ ਛੋਟੀ ਜਿਹੀ ਐਗਜ਼ਾਮਪਲ ਆ, ਹੁਣ ਡੌਂਕੀ ਲੱਗਦੀ ਆ ਅਸਲੇ, ਪਹਿਲਾਂ ਡੌਂਕੀ ਲੋਕਾਂ ਨੂੰ ਪਤਾ ਨਹੀਂ ਹੁੰਦਾ ਸੀ ਕੀ ਹੁੰਦਾ, ਹੁਣ ਤਾਂ ਡੌਂਕੀ ਵਾਲੇ ਜਿਹੜੇ ਜਾਂਦੇ, ਜਿਹੜੇ ਉੱਥੇ ਮਰਦੇ ਨੇ, ਫਸਦੇ ਨੇ, ਉਹ ਵੀਡੀਓ ਬਣਾਉਂਦੇ, ਬਕਾਇਦਾ ਸੋਸ਼ਲ ਮੀਡੀਆ ਤੇ ਪਈਆਂ ਨੇ, ਫਿਲਮਾਂ ਬਣ ਗਈਆਂ ਡੌਂਕੀ ਦੇ, ਜਿਹੜੀਆਂ ਬਚ ਕੇ ਆਏ ਨੇ ਮੁੰਡੇ ਉਹ ਇੰਟਰਵਿਊ ਦਿੰਦੇ ਨੇ, ਲੇਕਿਨ ਫਿਰ ਵੀ ਅੰਨੇ ਹੋਏ ਭੈਣ ਚੋ ਡੰਗਰ ਪਿੱਛੇ ਨੂੰ ਤੁਰਿਆ ਜਾਂਦੇ, ਹਜੇ ਵੀ ਜਾ ਰਹੇ ਆ ਮੁੰਡੇ, ਹਜੇ ਵੀ ਅੱਜ ਦੇ ਦਿਨ ਵੀ 2024 ਚ ਵੀ, ਤੇ ਹੁਣ ਫਿਰ ਵੀ ਉਹ ਤੁਰਿਆ, ਫਿਰ ਕਦੋਂ ਖੁੱਲੀ ਅੱਖਾਂ? ਅੱਛਾ ਮੇਰੀ ਗੱਲ ਸੁਣੋ, ਫਿਰ ਏਜੰਟ ਨੇ ਇੱਥੇ ਤਾਰਤਾ ਯਾਰ, 25-25-30-30 ਲੱਖ ਰੁਪਇਆ ਤੁਸੀਂ ਹੱਥਾਂ ਤੇ ਆਏ ਚੱਕ ਕੇ ਦੂਜੇ ਨੂੰ ਦੇ ਦਿੰਨੇ ਹੋ, ਮੈਨੂੰ ਸਮਝ ਨਹੀਂ ਆਉਂਦੀ ਯਾਰ ਕਿੰਨਾ ਰੁਪਈਆ ਤੁਹਾਡੇ ਕੋਲ, ਕਿੱਥੋਂ ਆਉਂਦਾ ਇਹ ਰੁਪਈਆ? ਅਗਰ ਤੁਹਾਡੇ ਕੋਲ ਹੈ ਜ਼ਮੀਨ ਦੇ 2-4 ਟੋਟੇ ਹੈ ਤੁਸੀਂ ਵੇਚਣੇ ਆ, ਯਾਰ ਤੁਸੀਂ ਆਪਦਾ ਕੰਮ ਧੰਦਾ ਉੱਥੇ ਸ਼ੁਰੂ ਕਰ ਲਓ, 25-30 ਲੱਖ ਰੁਪਏ ਕਿਹੜਾ ਭਲਵਾਨ, ਬਸ ਕਿਹਦੀ ਇਹ ਯਾਰ, ਕਿਹਦੀ ਨੀਤੀ ਹੈ, ਕਿਹੜਾ ਦਿਮਾਗ ਲਾਉਂਦਾ ਇਹ ਪਿੱਛੇ? 30 ਲੱਖ ਰੁਪਇਆ ਤੁਸੀਂ ਲਾ ਕੇ ਕੈਨੇਡਾ ਦਾ ਵੀਜ਼ਾ, ਸਟਿਲ ਦੂਜੇ ਦਸਤਾਵ ਲਾਏ ਬਹਿ ਕੇ ਦੇਖੀ ਜਾਂਦੇ ਹੋ, ਫਿਰ ਤੁਸੀਂ ਰਾਤਾਂ ਨੂੰ ਨੀਂਦ ਖਰਾਬ ਹੋ ਜਾਂਦੀ ਆ ਵੀ ਨਹੀਂ ਸਾਡਾ ਪੈਸਾ ਨਾ ਫਸ ਜੇ, ਸਾਡਾ ਪੈਸਾ ਨਾ ਫਸ ਜੇ, ਉਹ ਫਸਣਾ ਹੀ ਹੁੰਦਾ ਵਾ, ਪੈਸਾ ਕਿਸ ਨੇ ਮੋੜਿਆ ਜਿੱਥੇ, ਪੈਸਾ ਅੱਜ ਤੱਕ ਕਿਸੇ ਨੇ ਮੋੜਦਾ ਬਾਈ, ਪੈਸਾ ਨਹੀਂ ਮੋੜਦਾ ਦੁਨੀਆ ਤੇ, ਤੁਸੀਂ ਭੁੱਲ ਜਾਓ, ਉਂਗਲੀ ਉਹ ਤੇ ਚੱਕੋ ਜਿਹਦੇ ਕੋਲ ਤੁਹਾਡੇ ਪੱਕੇ ਐਵੀਡੈਂਸ ਨੇ, ਪੱਕੇ ਪ੍ਰੂਫ ਨੇ, ਕਿਉਂਕਿ ਗੱਲ ਅਗਰ ਨਿਬੜਨੀ ਆ ਤੁਸੀਂ ਜਿੰਨੇ ਮਰਜ਼ੀ ਇੱਕ ਦੂਜੇ ਦੇ ਸਿਰ ਪਾੜ ਦਿਓ, ਗਾਲਾਂ ਕੱਢ ਲਓ, ਲੇਕਿਨ ਐਟ ਦ ਐਂਡ ਆਫ ਦਾ ਡੇ ਗੱਲ ਟੇਬਲ ਤੇ ਹੀ ਨਿਬੜਨੀ ਆ,
ਜਦੋਂ ਟੇਬਲ ਤੇ ਦੋ ਸਿਆਣੇ ਬਹਿ ਕੇ ਗੱਲ ਕਰਨਗੇ ਨਾ, ਉੱਥੇ ਤੁਹਾਡੇ ਐਵੀਡੈਂਸ ਪੁੱਛੇ ਜਾਣੇ ਆ, ਠੀਕ ਆ, ਤੁਹਾਡੀ ਪੇਪਰਾਂ ਤੇ ਐਨ ਤੱਤਾਂ ਤੇ ਗੱਲ ਹੋਣੀ ਆ, ਜਮਾ ਹੀ ਪੁਆਇੰਟ ਟੂ ਪੁਆਇੰਟ ਗੱਲ ਹੋਣੀ ਆ। ਉੱਥੇ ਜੋ ਮਰਜ਼ੀ ਤੁਸੀਂ ਕਹੀ ਚਲੋ, ਅਸੀਂ ਆਕੜ ਦੇ ਜਾਂ ਜ਼ੋਰ ਦੇ ਸਿਰ ਤੇ ਲੈ ਲਾਂਗੇ, ਨਹੀਂ ਲੈ ਸਕਦੇ 10 ਰੁਪਏ ਕਿਸੇ ਕੋਲੋਂ। ਅਗਲੇ ਨੇ ਉੱਥੇ ਬਣਾ ਕੇ ਸਾਰਾ ਦੱਸਿਆ ਭਾਨੇ ਸਿੱਧੂ ਤੇ ਇੰਟਰ, ਉਹਨੇ ਪਾਈ ਆ ਪੂਰੀ ਵੀਡੀਓ ਵੀ ਸਾਡੇ ਕੋਲ ਆਉਣੇ ਆ, ਅਸੀਂ ਕੱਢਦੇ ਆ, ਸਾਰਾ ਕੁਛ ਕੱਢ ਦੇਣਾ। ਅਗਲਾ ਬੰਦਿਆਂ ਕੋਲ ਪਏ ਹੋਣਗੇ, ਮੈਨੂੰ ਪਤਾ ਪੁਰਾਣੇ ਆ ਖਿਲਾੜੀ, ਪੂਰੇ ਪ੍ਰੂਫ ਨਾਲ ਚੱਲਦੇ ਆ। ਇੱਥੇ ਵੀ ਅਸੀਂ ਜੰਟ ਦੇਖਦੇ ਆ, ਇੱਥੇ ਤਾਰਦੇ ਆ, ਤਾਰ ਕੇ ਡਾਕੂਮੈਂਟੇਸ਼ਨ ਤਾਂ ਸਾਈਨ ਕੀਤੇ ਹੁੰਦੇ ਆ, ਨਾਲ ਵੀਡੀਓ ਬਣਾਉਂਦੇ ਆ, ਤੈਨੂੰ ਆਹ ਕੰਪਨੀ 'ਚ ਛੱਡਤਾ, ਤੈਨੂੰ ਆਹੀ ਕਿਹਾ ਸੀਗਾ, ਆਹੀ ਕੰਮ ਕਿਹਾ ਸੀ, ਆਹੀ ਸੈਲਰੀ ਕਹੀ ਸੀ, ਵੀਡੀਓ ਬਣਾ ਕੇ ਰੱਖ ਰਿਹਾ ਅੱਜ ਦੇ ਟਾਈਮ 'ਚ ਵੀ ਕੱਲ੍ਹ ਨੂੰ ਇਹਨੇ ਕੰਮ ਕਰਨਾ ਨਹੀਂ, ਘਰੇ ਮੁੜ ਜਾਣਾ, ਉੱਥੇ ਪੰਚਾਇਤ ਇਕੱਠੀ ਕਰਕੇ ਕਹੂਗਾ ਭਾਈ ਮੈਨੂੰ ਕੰਮ 'ਤੇ ਨਹੀਂ ਲਵਾਇਆ। ਇੰਨੇ ਕੁ ਤੁਸੀਂ ਬਦਦਿਮਾਗ ਹੋ ਨਾ, ਇੰਨੇ ਕੁ ਥੋਤੋਂ ਆਈਲੈਟਸ ਨਹੀਂ ਪਾਸ ਹੁੰਦਾ। ਆਈਲੈਟਸ ਨੂੰ ਤੁਸੀਂ ਡਿਗਰੀ ਬਣਾਈ ਬੈਠੇ ਹੋ, ਡਿਗਰੀ ਵੀ ਕਿਸੇ ਤਰ੍ਹਾਂ ਦੀ ਡਿਗਰੀ ਆ, ਹੈ ਉਹਦੇ ਲਈ ਤੁਸੀਂ ਕੁੜੀ ਲੱਭਦੇ ਹੋ, ਠੀਕ ਹੈ, ਕੁੜੀ ਨੂੰ ਤੁਸੀਂ ਪੈਸੇ ਲਾ ਕੇ ਬਾਹਰ ਕੈਨੇਡਾ ਭੇਜਦੇ ਹੋ, 25-30 ਲੱਖ ਰੁਪਇਆ, ਉੱਥੇ ਆਰਾਮ ਨਾਲ ਜਾਂਦੀ ਮੁੱਕਰ ਜਾਂਦੀ ਆ ਉਹ, ਫਿਰ ਕੇਸ, ਫਿਰ ਉਹਨੇ ਉੱਥੇ ਫਿਰ ਤੁਸੀਂ ਮੈਕਾ ਮੂਹਰੇ ਆ ਕੇ ਇੰਟਰਵਿਊ ਮੂਹਰੇ ਆ ਕੇ ਸਾਡਾ ਜੀ ਸਾਨੂੰ ਜਵਾਬ ਦੇਗੀ, ਸਾਨੂੰ ਉਹ ਕਰਗੀ, ਭਾਈ ਦਊਗੀ ਉਹ ਜਵਾਬ, ਤੁਸੀਂ ਆਪ ਪਾਇਲਟਸ ਕਰਕੇ ਨਿਕਲ ਜਾਓ ਯਾਰ, ਤੁਸੀਂ ਆਪ ਪਾਇਲਟਸ ਕਰੋ, ਬੰਦੇ ਬਣੋ ਭੈਣ ਤੇ, ਤੁਸੀਂ ਬੁੜੀਆਂ ਦੇ ਲੜ ਲਾ ਕੇ ਉੱਥੇ ਜਾ ਕੇ ਫਿਰ ਤੁਸੀਂ ਭਾਂਡੇ ਮਾਂਜਣੇ ਆ। ਅਗਰ ਤੁਹਾਡੇ 'ਚ ਗਾੜਸ ਆ, ਤੁਸੀਂ ਮੇਰੇ 'ਚ ਅਣਖ ਆ, ਮੈਂ ਉਹ ਰੱਖੋ ਕਰਦਾ, ਹੈ ਨਾ ਭਾਈ, ਫਿਰ ਉਹੋ ਜਿਹੀ ਅਣਖ ਰੱਖੋ ਵੀ, ਸਹੀ ਆ। ਇੱਥੇ ਤੁਸੀਂ ਆਪਦੇ ਆਪ ਨੂੰ ਨਾ ਕਾਬਲ ਬਣਾਓ, ਤਾਂ ਜੋ ਆਪਦੇ ਦਮ 'ਤੇ ਤੁਸੀਂ ਜਾ ਸਕੋ, ਤੁਹਾਡੇ ਪੈਸੇ ਨਾ ਕਿਤੇ ਫਸਣਗੇ, ਫਿਰ ਤੁਹਾਨੂੰ ਅਗਰ ਅਕਲ ਹੋਊ, ਪੜ੍ਹੇ ਲਿਖੇ ਹੋਵੋਗੇ, ਤੁਸੀਂ ਸਰਚ ਕਰੋਗੇ ਵੈਬਸਾਈਟਾਂ 'ਤੇ ਜਾ ਜਾ ਕੇ, ਖੁਦ ਅਪਲਾਈ ਕਰ ਸਕਦੇ ਹੋ, ਤੁਸੀਂ ਕਿਸੇ ਏਜੰਟ ਨਾਲ ਦਲੀਲ ਨਾਲ ਗੱਲ ਕਰ ਸਕਦੇ ਹੋ ਪੁਆਇੰਟਾਂ 'ਤੇ, ਉਹਨਾਂ ਸਾਰਿਆਂ ਨੂੰ ਪਤਾ, ਜਿੰਨੇ ਉੱਥੇ ਏਜੰਟ ਬੈਠੇ ਨੇ ਸਾਰਿਆਂ ਨੂੰ ਪਤਾ, ਲੋਲੜ ਲੋਕ ਨੇ, ਠੀਕ ਆ। ਇਹਨਾਂ ਨੂੰ ਥੋੜ੍ਹੇ ਸ਼ੀਸ਼ੇ ਨੇ, ਗੰਦੇ ਸੋਫਿਆਂ ਨੇ, ਕੁਰਸੀਆਂ ਦਿਖਾ ਕੇ ਇਹਨਾਂ ਨੂੰ ਪੂਰਾ ਭਰਮਾ ਲੈਣਾ ਵਾ, ਸਹੀ ਆ ਨਾ। ਇਹ ਸਾਨੂੰ ਇੱਕ ਵਾਰੀ ਇਹਦਾ ਪੈਸਾ ਹੱਥ 'ਚ ਆ ਗਿਆ, ਬਸ ਅੱਜ ਆ ਜਾਓ ਜੀ, 6 ਮਹੀਨੇ ਬਾਅਦ ਆ ਜਾਓ, ਲੇਟ ਹੋ ਗਿਆ, ਤੁਹਾਡੇ ਪਾਸਪੋਰਟ 'ਚ ਆਹ ਗਲਤੀ ਆ, ਤੁਹਾਡੇ ਆਹ ਡਾਕੂਮੈਂਟ 'ਚ ਆਹ ਗਲਤੀ ਆ, ਕਰ ਕਰਕੇ ਤੁਹਾਨੂੰ ਐਂ ਘੁਮਾਉਂਦੇ ਰਹਿਣਾ, ਜਿਵੇਂ ਮਤਲਬ ਕੰਮ ਚੱਲਦਾ। ਇਹ ਤਾਂ ਗੱਲ ਹੋ ਗਈ ਜੰਟਾਂ ਦੀ, ਸਲੀਮੇ ਸਮਝ ਗਿਆ। ਇਹ ਤੇ ਬਾਈ ਉਹ ਬੰਦੇ ਦੀਆਂ ਗੱਲਾਂ ਮੈਨੂੰ ਬੜੀਆਂ ਚੰਗੀਆਂ ਲੱਗੀਆਂ, ਉਹਨੇ ਜਿਹੜਾ ਜੰਟਾ ਕੀ ਨਾਮ ਆ, ਮੈਂ ਨਾਮ ਭੁੱਲ ਗਿਆ, ਗੁਰਵਿੰਦਰ ਆ ਸ਼ਾਇਦ, ਸਕਾਈ ਵਰਡ ਦਾ ਬੰਦਾ, ਸਕਾਈ ਵਰਡ ਵਾਲਾ, ਪਹੁੰਚੀ ਹੋਈ ਚੀਜ਼ ਆ, ਤਕੜੇ ਬੰਦੇ ਨੇ, ਬੰਦਾ ਹੱਫੜ ਕੇ ਨਹੀਂ ਬੋਲਿਆ, ਆਰਾਮ ਨਾਲ, ਕੋਈ ਮਾਂ ਭੈਣ ਨਹੀਂ ਕੀਤੀ, ਕੋਈ ਗੰਦ ਨਹੀਂ ਪੱਕਿਆ, ਬੜੀ ਲਿਆਕਤ, ਇੰਨੀ ਲਿਆਕਤ ਨਾਲ, ਇੰਨੀ ਸੋਹਣੀ ਦਲੀਲ ਨਾਲ ਗੱਲ ਕੀਤੀ, ਤਾਂ ਉਹਦੀਆਂ ਗੱਲਾਂ ਚੰਗੀਆਂ ਲੱਗੀਆਂ। ਉਹ ਕੀ ਦਰਸਾਉਂਦਾ ਛੋਟੇ ਉਹ, ਵੀ ਪਿੱਛੋਂ ਕਿਹੜੇ ਖਾਨਦਾਨ ਤੋਂ ਬਿਲੋਂਗ ਕਰਦਾ, ਹਾਂ ਪਿੱਛਾ ਕੀ ਆ ਉਹਦਾ, ਪਿੱਛਾ ਕੀ ਦੱਸਦਾ ਨਾ, ਇਹ ਚੀਜ਼ ਆ। ਉਹਨੇ ਸਹੀ ਗੱਲਾਂ ਕਹੀਆਂ ਬਾਈ, ਆ ਜਿਹੜੇ ਤੁਸੀਂ ਲਾ ਕੇ ਧਰਨੇ ਬਹਿ ਜਾਂਦੇ ਹੋ ਹਰ ਜਗ੍ਹਾ, ਇਹਨਾਂ ਕਰਕੇ ਤੁਹਾਡੇ ਇਨਵੈਸਟਰ ਨਹੀਂ ਆ ਰਹੇ ਪੰਜਾਬ ਦੇ ਵਿੱਚ, ਰਾਈਟ ਰਾਈਟ, ਇਨਵੈਸਟਰ ਨਹੀਂ ਆ ਰਹੇ, ਹੈ ਆਹ ਕਰਕੇ ਵੀ ਤੁਸੀਂ ਤਾਂ ਭਜਾਈ ਦੇਣੇ ਬਾਈ, ਧਰਨੇ ਲਾ ਲਾ ਕੇ ਕੋਈ ਕੀ ਆ ਕੇ ਇਨਵੈਸਟ ਕਰੂ, ਕੀ ਇੱਥੇ ਕੰਮ ਪੈਦਾ ਕਰੂਗਾ, ਕਿਸੇ ਦੇ ਵੀ ਤੁਸੀਂ ਸਿੱਧੀ ਉਂਗਲੀ ਕਰਕੇ ਉਂਗਲ ਕਰ ਦਿੰਦੇ ਹੋ, ਫੇਸਬੁੱਕ 'ਤੇ ਹੋ ਗਏ ਲਾਈਵ, ਇਹਨੇ ਜੀ ਇਹਦੇ ਪੈਸੇ ਖਾਧੇ ਆ, ਉਹਨੇ ਵੀ ਉਹੀ ਗੱਲ ਕਹੀ ਆ ਵੀ ਤੂੰ ਮੈਨੂੰ ਪ੍ਰੂਫ ਦੇ ਦੇ, ਤੇਰੇ ਕੋਲ ਪ੍ਰੂਫ ਆਉਂਦਾ ਫੇਰ ਤੂੰ ਮੈਨੂੰ ਆਨਲਾਈਨ ਹੋ ਕੇ ਗਾਲਾਂ ਕੱਢ ਹੈ ਨਾ ਬਾਈ। ਤੀਜੇ ਬੰਦੇ ਨੇ ਆ ਕੇ ਕਹਿਤਾ ਮੇਰੇ ਵੀ ਪੈਸੇ ਖਾ ਗਿਆ ਜੀ, ਚੱਕ ਵੀ ਉਹਦੀ ਮਾਂ ਭੈਣ ਦੀ ਆ, ਸਕਾਈ ਵਰਡ ਵਾਲਾ ਇਹ, ਸਕਾਈ ਵਰਡ ਵਾਲਾ ਉਹ, ਆਪਣਾ ਕੋਈ ਸ਼ਕਾ ਨੀ ਗਾ ਸਕਾਈ ਵਰਡ ਵਾਲਾ, ਬਟ ਉਹਦੀਆਂ ਜੋ ਆਪਾਂ ਗੱਲਾਂ ਸੁਣੀਆਂ ਉਹਨੇ ਕਹੀਆਂ, ਐਵੇਂ ਯਾਰ ਤੁਸੀਂ ਕਿਸੇ ਦੇ ਉਂਗਲ ਕਰ ਦੋਗੇ ਯਾਰ, ਕੋਈ ਗੱਲ ਹੀ ਨੀ ਬਾਤ ਨੀ, ਕਈਆਂ ਦੇ ਪੈਸੇ ਮੜਾ ਤੇ ਹੋਣੇ ਆ, ਵਧੀਆ ਗੱਲ ਆ ਉਹ, ਕੋਈ ਮਾੜੀ ਗੱਲ ਨੀ ਗੀ, ਕਈ ਵਾਰੀ ਕੀ ਕਹਿੰਦੇ ਆ ਘਿਓ ਟੇਢੀ ਉਂਗਲ ਨਾਲ ਨਿਕਲਦਾ, ਬਟ ਹਰ ਇੱਕ ਨੂੰ ਆਪਾਂ ਇੱਕ ਨੱਕੇ ਰਾਹੀਂ ਦੀ ਨਹੀਂ ਕੱਢ ਸਕਦੇ। ਜਿੱਦਣ ਆਇਆ ਤੂੰ ਪੈਣ ਲੱਗ ਗਿਆ ਨਾ ਲੋਕਾਂ ਨੂੰ, ਇਹ ਕਿੱਦਣ ਤੇਰੇ ਮਤਲਬ ਤੂੰ ਪੌੜੀਆਂ ਚੜ੍ਹਦਾ ਚੜ੍ਹਦਾ ਥੱਲੇ ਹੀ ਡਿੱਗਣਾ, ਫਿਰ ਤੂੰ ਥੱਲੇ ਹੀ ਡਿੱਗਣਾ, ਇਹ ਚੀਜ਼ਾਂ ਫਿਰ ਲੈ ਜਾਂਦਾ। ਬੋਲੀ 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 ਬਹੁਤ ਕਰਾਉਂਦੀ ਆ, ਹਰ ਟਾਈਮ ਤੇਰੀ ਮਾਂ ਦੀ ਤੇਰੀ ਭੈਣ ਦੀ ਨਹੀਂ ਚੱਲਦੀ ਹੁੰਦੀ, ਹਰ ਵਕਤ ਲਾਈਵ ਹੋ ਕੇ ਅਗਰੈਸਿਵ ਹੋ ਕੇ ਨਹੀਂ, ਗੱਲਾਂ ਚੰਗੀਆਂ ਆ ਬੰਦੇ ਦੀਆਂ ਲੱਗੀਆਂ, ਕੋਈ ਇੰਨਾ ਠਹਿਰਾਓ ਸੀ ਉਹਦੀ ਗੱਲ ਦੇ ਵਿੱਚ, ਇੰਨੀ ਦਲੀਲ ਨਾਲ ਤੱਤਾਂ ਨਾਲ ਗੱਲਾਂ ਰੱਖੀਆਂ ਉਹਨੇ, ਕੋਈ ਮਾੜੀ ਗੱਲ ਨਹੀਂ ਕੀਤੀ ਉਹ ਬੰਦੇ, ਇੱਕ ਵੀ ਗਲਤ ਗੱਲ ਤੈਨੂੰ ਬੁਰੀ ਲੱਗੀ ਹੋਵੇ ਬਸ ਕਰ, ਡੇਲੀ ਐ ਕੀ ਗੱਲ, ਮੈਂ ਐਂ ਕਰ ਦੂ, ਮੈਂ ਉਹ ਕਰ ਦੂ, ਗਲਤ ਗੱਲ ਆ, ਐਵੇਂ ਬੋਲੀ ਜਾਣਾ। ਤੂੰ ਆਪਣਾ ਇਹ ਤਾਂ ਹੁਣ ਪਾਰਟ ਹੋ ਗਿਆ, ਇੱਕ ਗੱਲ ਹੋਰ ਮੈਂ ਕਲੀਅਰ ਕਰਦਾ ਪੰਜਾਬੀਆਂ ਲਈ ਆ, ਮੁੰਡਿਆਂ ਲਈ, ਨਿਊ ਜਨਰੇਸ਼ਨ ਜਿਹੜੀ ਹੈਗੀ ਆ, ਜਿਹੜੇ ਕੀੜਾ ਮਾਂ ਪਿਓ ਨੇ ਪਾਇਆ ਹੋਇਆ ਨਾ ਵਿੱਚ, ਪੁੱਤ ਤੈਨੂੰ ਅਸੀਂ ਕੈਨੇਡਾ ਭੇਜਾਂਗੇ, ਜਿਹੜੀਆਂ ਮਾਵਾਂ ਪਿੱਛੇ ਬਹਿ ਕੇ ਉਂਗਲ ਲਾਈ ਜਾਂਦੀਆਂ ਨੇ ਵੀ ਪੁੱਤ ਅਸੀਂ ਤੁਹਾਨੂੰ ਬਸ 12ਵੀਂ ਤੋਂ ਬਾਅਦ ਕਰ ਲਓ ਆਈਲੈਟਸ ਭੇਜ ਦਾਂਗੇ, ਚੱਕ ਲਾਂਗੇ, ਕਰ ਦਾਂਗੇ, ਕਰਜ਼ਾ ਚਾੜ ਕੇ ਭੇਜੀ ਜਾਂਦੇ ਨਾ, ਜਿਹੜਾ ਤੁਹਾਡਾ ਮਾਇੰਡ ਵਾਸ਼ ਕਰਕੇ ਤੁਹਾਡੇ ਪੇਰੈਂਟਸ ਨੇ, ਤੁਹਾਡੇ ਮਾਪਿਆਂ ਨੇ ਬਿਠਾਇਆ, ਉਹਨਾਂ ਦਾ ਮੁੰਡਾ ਚਲਾ ਗਿਆ, ਚਾਚੇ ਕਾ ਚਲਾ ਗਿਆ, ਉਹਨਾਂ ਦਾ ਚਲਾ ਗਿਆ, ਭੂਆ ਕਾ ਚਲਾ ਗਿਆ, ਤੂੰ ਰਹਿ ਗਿਆ, ਤੈਨੂੰ ਵੀ ਭੇਜਾਂਗੇ, ਆਪਦੇ ਮਾਂ ਪਿਓ ਮਗਰ ਲੱਗਣਾ ਛੱਡੋ, ਰਿਸ਼ਤੇਦਾਰਾਂ ਨੂੰ ਦੇਖਣਾ ਛੱਡੋ, ਜੇ ਤੁਹਾਡੇ ਕੋਲ ਇੱਕ ਜ਼ਮੀਨ ਦਾ ਟੋਟਾ ਉੱਥੇ ਹੈਗਾ ਵਾ ਨਾ, ਤੁਸੀਂ ਉੱਥੇ ਆਪਦੀ ਖੇਤੀਬਾੜੀ ਕਰੋ, ਤੁਸੀਂ ਯਕੀਨ ਮੰਨੋ ਵਾਪਸ ਆਉਣ ਵਾਲੀ ਆ ਸਾਰੇ,
ਜਿੰਨੇ ਪੁਰਾਣੇ ਸਾਡੇ ਵਰਗੇ ਗਏ ਹੋਏ ਨਾ, ਅਸੀਂ ਵੀ ਬਾਹਰ ਹੀ ਬੈਠੇ ਹਾਂ, ਅਸੀਂ ਦੁਬਈ ਚ ਬੈਠੇ ਹਾਂ, ਸਾਡੇ ਵਰਗੇ ਬਾਹਰ ਗਏ ਹੋਏ ਨਾ, ਅਸੀਂ ਵੀ ਮੋਡਲ ਲਾਈਫ ਸੇਮ ਹੀ ਆ ਸਭ ਦੀ ਬਾਹਰ, ਚਾਹੇ ਦੁਬਈ ਚਾਹੇ ਕੈਨੇਡਾ ਦਾ ਲਾਈਫ ਸੇਮ। ਹੁਣ ਉਹ ਟਾਈਮ ਗਿਆ ਪਹਿਲਾਂ ਵਾਲਾ, ਲੋਕਾਂ ਨੂੰ ਆਪਦੀ ਕੰਟਰੀ ਹੀ ਚੰਗੀ ਲੱਗਦੀ ਆ ਹੁਣ, ਠੀਕ ਹੈ ਨਾ, ਕਿਉਂਕਿ ਹੁਣ ਸੋਸ਼ਲ ਮੀਡੀਆ 'ਤੇ ਸਾਰਾ ਕੁਛ ਜੱਗ ਜ਼ਾਹਿਰ ਹੋ ਚੁੱਕਿਆ ਵਾ, ਸਾਰੀ ਚੀਜ਼ ਹੋ ਚੁੱਕੀ ਆ, ਸਾਰੇ ਪਾਸੇ ਮਾਰਾਮਾਰੀ ਹੀ ਚੱਲ ਰਹੀ ਆ, ਠੀਕ ਹੈ, ਮਹਿੰਗਾਈ ਪੈਣ ਪੂਰੇ ਆਸਮਾਨ ਫਾੜ ਕੇ ਨਿਕਲ ਚੁੱਕੀ ਆ ਵਿੱਚ ਦੀ। ਕੈਨੇਡਾ ਨੂੰ 25-30 ਲੱਖ ਲੱਗਦਾ, ਮੇਰਾ ਭਰਾ ਉੱਥੇ ਇਨਵੈਸਟ ਕਰ ਲਓ। ਇਨਵੈਸਟ ਕਰ ਲਓ, ਕੋਈ ਕੰਮ ਧੰਦਾ ਛੋਟਾ ਤੋਰ ਕੇ ਕੋਈ ਉੱਥੇ ਆਪਦੀ ਚੀਜ਼ ਦਿਮਾਗ ਲਾ ਕੇ ਕਰ ਲਓ, ਸਹੀ ਆ ਨਾ। ਇੱਧਰ ਆਉਣ ਨੂੰ 25-30 ਲੱਖ ਰੁਪਇਆ ਤੁਸੀਂ ਪੂਰਾ ਕਦੋਂ ਕਰਨਾ ਹੈ, ਪੂਰਾ ਕਦੋਂ ਕਰਨਾ? ਪਿੱਛੇ ਜਿਹੜੇ ਮਾਂ ਪਿਓ ਆਪਾਂ ਛੱਡਦੇ ਹਾਂ, ਮਾਂ ਪਿਓ ਵੀ ਤਾਂ ਐਂ ਹੁੰਦਾ ਵੀ ਸਾਡਾ ਇੱਕ ਵਾਰੀ ਵੀਜ਼ਾ ਮੁੰਡਾ ਸਾਡਾ ਜਾਂ ਧੀ ਸਾਡੀ ਚੱਕਰ ਲਵਾ ਦੇ ਸਾਡਾ ਬਾਹਰ ਨੂੰ। ਉੱਥੇ ਆਈਲੈਟਸ ਕਰੀ ਜਾਂਦੇ ਪਲੱਸ ਟੂ ਵਾਲੇ, ਉਹਨਾਂ ਨੂੰ ਪਤਾ ਕਿਉਂ ਜਾਣਾ, ਕਈਆਂ ਨੇ ਹਾਇਰ ਸਟੱਡੀ ਲਈ ਪਿਛਲੇ ਸਾਲ ਕੀਤੀ ਹੈ, ਤੁਹਾਡੀ ਉਹ ਨੋਨ ਮੈਡੀਕਲ ਤੇ ਇੱਥੇ ਨਹੀਂ ਲੱਗਦਾ ਵੀ ਇੱਥੇ ਪੜ੍ਹਾਈ ਕੀਤੀ ਜਾਵੇ, ਨਹੀਂ ਉੱਥੇ ਜਾ ਕੇ ਲਿਵਿੰਗ ਸਟੈਂਡਰਡ ਹਾਈ ਹੈ। ਤੁਹਾਨੂੰ ਹਾਇਰ ਸਟੱਡੀ ਪਲੱਸ ਟੂ ਕਰਕੇ ਤੂੰ ਆਈਲੈਟਸ ਕਰਨ ਲੱਗਾ, ਤੂੰ ਗੱਲਾਂ ਹਾਇਰ ਸਟੱਡੀ ਦੀਆਂ ਕਰਦਾ। ਹਾਇਰ ਸਟੱਡੀ ਤਾਂ ਮੀਨਿੰਗ ਇੰਡੀਆ 'ਚ ਪਤਾ ਵਾ ਕਿ ਹਾਇਰ ਸਟੱਡੀ ਇੰਡੀਆ 'ਚ ਘੱਟ ਹੋ ਰਹੀ ਹੈ ਸਟੱਡੀ, ਜੇ ਸਟੱਡੀ ਕਰਨ ਜਾਣਾ ਬੈਸਟ ਫਿਊਚਰ ਲਈ ਜਾਣਾ ਜੀ, ਉੱਥੇ ਕੀ ਫਿਊਚਰ ਧਰੇ ਪਏ ਆ ਤੁਹਾਡੇ? ਬੈਸਟ ਫਿਊਚਰ ਤੁਸੀਂ ਇੱਥੇ ਬਣਾ ਲਓ ਬੈਸਟ ਫਿਊਚਰ ਹੈ, ਤੇ ਆਹ ਚੀਜ਼ਾਂ ਉਹ ਜਿਹੜੀਆਂ ਆਈਲੈਟਸ ਦੇ ਉਹ ਗ੍ਰਾਮਰ ਜੀ 'ਚ ਕੀ ਕਹਿੰਦੇ ਹੁੰਦੇ ਆ, ਸਿਖਾਉਂਦੇ ਹੁੰਦੇ ਆ ਬੋਲਣਾ ਦੋ ਚਾਰ ਚੀਜ਼ਾਂ, ਉਹ ਜਦੋਂ ਕੋਈ ਮਾਈਕ ਕਰ ਦਿੰਦਾ ਉਹੀ ਕਹਿ ਦਿੰਦੇ ਹਰ ਸਟੱਡੀ ਲਈ ਜਾਣਾ ਜੀ, ਇਹਦੇ ਲਈ ਇੰਟਰੋ ਜਿਹੜੀ ਬੋਲਦੇ ਆ ਉਹ ਜਾ ਕੇ ਉਹ ਇਹਦੇ ਲਈ ਜਾਣਾ। ਅਸੀਂ ਰੀਸੈਂਟਲੀ ਇੰਟਰਵਿਊ ਸੁਣੀ ਸੀ ਜਵਾਕਾਂ ਮੂਹਰੇ, ਮੈਂ ਕੀਤਾ ਮੱਕੜ ਦੇ 127 ਬੰਦੇ ਇਸ ਛੋਟੇ ਇਲਾਕੇ ਚੋਂ ਜਿਹੜੇ ਮਾਈਗ੍ਰੇਟ ਹੋ ਕੇ ਹੁਣ ਕੈਨੇਡਾ ਜਾਣਗੇ। ਬਈ ਹੁਣ ਤੁਸੀਂ ਇੱਕ ਪਿੰਡ ਚੋਂ ਪਤਾ ਨਹੀਂ 127 ਜਾਣੇ ਚੱਲੇ ਸੀ, ਇੱਕ ਪਿੰਡ ਦੇ ਵਿੱਚ 127 ਜਾਣੇ ਯਾਰ, ਇੱਕ ਪਿੰਡ ਜਾਓ ਜਾਓ ਦਿੱਲੀ, ਦਿੱਲੀ ਵੀ ਉਹਨੇ ਆਮ ਆਦਮੀ ਪਾਰਟੀ ਨੇ ਰੂਲ ਪੂਰੇ ਵਧੀਆ ਰੂਲ ਸੈੱਟ ਕੀਤੇ, ਉੱਥੇ ਭਈ ਆ ਕੇ ਬਹਿ ਗਏ ਦਿੱਲੀ ਵਾਲਾ, ਉੱਥੇ ਕੋਈ ਦਿੰਦਾ ਨੀ, ਠੀਕ ਆ। ਪੰਜਾਬ ਦੇ ਵਿੱਚ ਹੁਣ ਅਗਰ ਕੁਛ ਹੋ ਰਿਹਾ ਵਾ, ਚਲੋ ਕੈਨੇਡਾ ਨੂੰ ਭਈਆਂ ਨੂੰ ਦੇ ਦੋ ਸਾਰਾ ਕੁਛ, ਪਿੱਛੇ ਭਈਏ ਨੀ, ਅਸੀਂ ਵੀ ਉਹਨੇ ਵਿੱਚ ਹੀ, ਅਸੀਂ ਵੀ ਤੁਸੀਂ ਤੁਹਾਡੀ ਗੱਲ ਕਰਦਾ, ਅਸੀਂ ਵਿੱਚ ਹੀ ਉਹਨੇ। ਲੇਕਿਨ ਤੁਹਾਨੂੰ ਮੈਂ ਫੇਰ ਕਹਿ ਰਿਹਾ, ਮੋੜਨਗੇ ਸਾਰੇ ਵਾਪਸ, ਮੋੜਨਗੇ, ਅੱਖਾਂ ਖੁੱਲ ਰਹੀਆਂ ਨੇ, ਅੱਧੇ ਤਾਂ ਆਪਦੇ ਦਮ ਤੇ ਵਾਪਸ ਆ ਵੀ ਰਹੇ ਨੇ, ਅੱਧੇ ਦੀਆਂ ਜਨਾਨੀਆਂ ਨਹੀਂ ਆਉਣ ਦੇ ਰਹੀਆਂ ਕਿਉਂਕਿ ਜਨਾਨੀਆਂ ਦੇ ਲੇਕਿਨ ਜਿੱਦਣ ਉਹਨਾਂ ਦੀਆਂ ਜਨਾਨੇ ਵੀ ਮੰਨਗੀਆਂ ਨਾ, ਉਹ ਵੀ ਵਾਪਸ ਆਉਣਗੇ। ਮੈਂ ਤੁਹਾਨੂੰ ਗਰੰਟੀ ਦਿੰਦਾ, ਇਹ ਰਿਵਰਸ ਮਾਈਗ੍ਰੇਸ਼ਨ ਚੱਲਣੀ ਆ ਇੱਕ ਵਾਰੀ, ਠੀਕ ਹੈ। ਆਲਮੋਸਟ ਜਾ ਰਹੇ ਆ ਲੋਕੀ ਆ, ਲੇਕਿਨ ਛੋਟੇ ਇੱਕ ਇਹ ਵੀ ਗੱਲ ਆ, ਲੇਕਿਨ ਜਿਹੜੀ ਆਪਾਂ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਇਹ ਸਾਰੀ ਗੱਲ ਆਉਣਾ ਤੱਕ ਨਹੀਂ, ਮੇਰੀ ਤਾਂ ਹੈਲਦਾ ਆਉਣੀ ਹੀ 10-15 ਸਾਲ ਬਾਅਦ, ਸਮਝ ਆਉਣਾ ਨੂੰ ਜਿਹੜੇ ਹੁਣ ਨਵੇਂ ਜਾ ਰਹੇ ਨੇ ਜਾਂ ਜਿਹੜੇ ਉੱਥੇ। ਗੱਲ ਤਾਂ ਉਹ ਕੀੜਾ ਮਰਦਾ ਹੀ ਨਹੀਂ ਨਾ, ਇਹਨਾਂ ਨੂੰ ਸਮਝਾ ਲਾ ਕੀੜਾ ਮਰਦਾ ਹੀ ਨਹੀਂ, ਜਿਹੜੇ ਇਸ ਟਾਈਮ ਸਾਰੇ ਬਾਹਰ ਬੈਠੇ ਆ ਕਿਸੇ ਵੀ ਕੰਟਰੀ, ਉਹਨਾਂ ਨੇ ਵਾਪਸ ਜਾਣਾ ਵਾ। ਹਾਂ, ਜਿਹੜੇ ਉੱਥੇ ਬੈਠੇ ਜਿਹੜੀ ਮਰਜ਼ੀ ਏਜ ਦੇ ਆ, ਉਹਨਾਂ ਨੇ ਬਾਹਰ ਜਾਣਾ ਵਾ, ਸਮਝ ਹੀ ਨਹੀਂ ਉੱਥੇ ਬੈਠੇ ਨੂੰ। ਪੰਜਾਬੀ ਹੋਏ ਜਿਹੜਾ ਘੁੰਮ ਜਾਂਦਾ, ਉਧਰਲੇ ਅੰਦਰਲੇ ਬਾਹਰ ਜਾਂਦਾ, ਬਾਹਰਲੇ ਅੰਦਰ ਨੂੰ ਆ ਜਾਂਦੇ ਆ, ਜਦੋਂ ਉਮਰਾਂ ਲੰਘ ਜਾਂਦੀਆਂ, ਕਈ ਤਾਂ ਉਮਰਾਂ ਲੰਘ ਗਈਆਂ, ਆਉਣ ਜੋਗੇ ਵੀ ਨਹੀਂ ਹੈਗੇ ਹੁਣ। ਸਹੀ ਗੱਲ ਹੈ ਯਾਰ, ਠੀਕ ਆ, ਇਹ ਚੀਜ਼ ਆ, ਸਮਝ ਗਏ। ਔਰ ਸਾਡੇ ਵਰਗੇ ਵੀ ਫਸੇ ਬੈਠੇ ਆਉਣ ਨੂੰ ਫਿਰਦੇ ਆ, ਬਣਦਾ ਨੀ ਹੁਣ, ਇੱਥੇ ਕਰੀਏ ਉੱਥੇ ਕਰੀਏ, ਪਿੱਛੇ ਕੁਛ ਰਿਹਾ ਨੀ ਗਾ, ਅੱਗੇ ਕੁਛ ਬਣਨਾ ਨੀ ਗਾ, ਸਮਝ ਨੀ ਆਉਂਦੀ, ਕਰੀ ਤਾਂ ਕਰੀਏ ਕਿ ਫਸ ਜਾਂਦਾ ਬੰਦਾ। ਐਂਡ ਤੇ ਤੁਹਾਨੂੰ ਉਹੀ ਛੱਤ ਯਾਦ ਆਉਣੀ ਹੈ ਜਿੱਥੇ ਤੁਹਾਡਾ ਬਚਪਨ ਲੰਘਿਆ, ਬਟ ਮੁੜਾਂਗੇ ਜ਼ਰੂਰ ਪੱਕਾ। ਹਾਂ, ਮੁੜਨਾ ਜ਼ਰੂਰੀ ਆ, ਤਾਂ ਜੋ ਜਿਹੜਾ ਬੁਢਾਪਾ ਆਪਦੇ ਜਿੱਥੇ ਨਾਲੀਆਂ, ਜਿੱਥੇ ਟੋਭੇ ਆ, ਜਿੱਥੇ ਸਾਡੀਆਂ ਗਲੀਆਂ ਨੇ, ਮੁਹੱਲੇ ਉੱਥੇ ਨਿਕਲੇ, ਤਾਂ ਬਹੁਤ ਵਧੀਆ ਗੱਲ ਆ। ਤੇ ਐਂਡ ਤੇ ਇੱਕ ਹੋਰ ਸੁਨੇਹਾ ਦੇ ਦੀ ਯਾਰ, ਪਤਾ ਨਹੀਂ ਆਪਣੀ ਮੰਨਣਗੇ ਜਾਂ ਨਹੀਂ ਮੰਨਣਗੇ, ਮੰਨਣੀ ਤਾਂ ਚੱਲ ਆਪਾਂ ਆਪਦੀ ਪੜਾਸ ਤਾਂ ਕੱਢੀ ਹਨਾ। ਤੇ ਮੇਰੇ ਪੰਜਾਬੀ ਸਾਰੇ ਜਿਹੜੇ ਯੰਗ ਬੰਦੇ ਮੁੰਡੇ, ਬਲੱਡ ਤੱਤਾ, ਮੈਨੂੰ ਪਤਾ ਪੰਜਾਬੀਆਂ ਦਾ ਖੂਨ ਤੱਤਾ ਹੁੰਦਾ, ਲਾੜਾਂ ਨੂੰ ਛੇਤੀ ਤਾਹੂ ਰਹਿੰਦੇ ਨੇ। ਤੇ ਯਾਰ ਲੀਡਰ ਨੂੰ ਥੋੜਾ ਚੁਣਨ ਲਈ ਨਾ, ਲੀਡਰ ਉਹਦੀ ਮਤਲਬ ਕਿਵੇਂ ਚੁਣਨਾ ਸੀ, ਕਿਹਦੇ ਕਿਹਦੇ ਮਗਰ ਲੱਗਣਾ, ਕਿਹਦੇ ਮਗਰ ਅਸੀਂ ਉੱਠ ਕੇ ਜਾਣਾ ਵਾ, ਉਹ ਥੋੜੀ ਜਿਹੀ ਨਾ ਅਕਲ ਤੋਂ ਕੰਮ ਲਿਆ ਕਰੋ ਯਾਰ। ਇੱਕ ਮਗਰ ਨਹੀਂ, ਆਪਾਂ ਬਹੁਤ ਲੀਡਰ ਬਣਾ ਲਏ ਯਾਰ ਉਹ ਪੰਜਾਬ ਦੇ ਵਿੱਚ। ਤੁਸੀਂ ਕਿਹਦੇ ਮਗਰ ਲੱਗਦੇ ਹੋ ਪਤਾ, ਜਿਹੜਾ ਤੁਹਾਡੇ ਮੂਹਰੇ ਆ ਕੇ ਗਰੁੱਪ ਜਾ ਕੇ ਤੱਤੀਆਂ ਗੱਲਾਂ ਕਰ ਗਿਆ ਨਾ, ਇੱਕ ਵਾਰੀ ਉਹ ਮੈਂ ਕਰ ਦੂ ਉਹ ਕਰ ਦੂ, ਉਹਨੇ ਉੱਠ ਕੇ ਨਾਰਾ ਮਾਰਿਆ, ਤੁਸੀਂ ਉੱਠ ਕੇ ਉਹਦੇ ਮਾਂ ਵੀ, ਉਹ ਤਾਂ ਬੰਦਾ ਬੜਾ ਕਾਇਮ ਆ, ਇਹ ਕੀਤਾ ਕਰਨਾ ਉਹਨੇ ਕੁਛ ਨੀ, ਮੈਂ ਦੇਖਿਆ ਜਿਹੜੇ ਗੱਲਾਂ ਕਰਦੇ ਹਜੇ ਤੱਕ ਕੀਤਾ ਕੁਛ ਨੀ ਕਿਸੇ ਨੇ। ਹਜੇ ਤੁਸੀਂ ਜਿਹੜੇ ਅੱਜ ਕੱਲ ਦੇ ਦੋ ਚਾਰ ਫਿਰਦੇ ਨੇ ਨਾ, ਮਸੀਹੇ ਬਣੇ ਪੰਜਾਬ ਦੇ ਵਿੱਚ, ਹਮੇਸ਼ਾ ਹੀ ਓਪੋਜੀਸ਼ਨ ਕੋਲੇ ਪੰਜਾਬ ਦੇ ਹੱਲ ਕਿਉਂ ਹੁੰਦੇ ਆ, ਜਿਹੜਾ ਪਾਵਰ ਚ ਹੁੰਦਾ ਉਹਨਾਂ ਕੋਲੇ ਪੰਜਾਬ ਦੇ ਹੱਲ ਕਿਉਂ ਨੀ ਹੁੰਦੇ? ਜਿਹੜੇ ਅੱਜ ਪੰਜਾਬ ਅੱਜ ਪਾਵਰ ਚ ਬੈਠੇ ਨਾ, ਉਹ ਕੱਲ ਨੂੰ ਅਗਰ ਓਪੋਜੀਸ਼ਨ ਚ ਆਉਣਗੇ, ਸਾਰੇ ਹੱਲ ਉਹਨਾਂ ਕੋਲ ਆ ਜਾਣੇ ਆ। ਇਹ ਦਿਮਾਗ ਤੋਂ ਕੰਮ ਲਓ, ਹੱਲ ਭੈਣ ਚੋਂ ਕਿਸੇ ਨੇ ਨੀ ਕੱਢਣਾ, ਸਿਰਫ ਚੁਣੋ ਬੰਦਾ ਚੱਜਦਾ ਜਿਹਦੇ ਮਗਰ ਲੱਗਣਾ। ਆਹ ਜਿਹੜੇ ਦੋ ਚਾਰ ਤੁਰੇ ਫਿਰਦੇ ਨੇ ਨਾ, ਇਹ ਸਿਰਫ ਤੁਸੀਂ ਇੱਕ ਉਹਨਾਂ ਦਾ ਇੱਕ ਪੁਆਇੰਟ ਚੱਕ ਕੇ ਦੇਖ ਲਓ ਜਿਹੜਾ ਉਹਨਾਂ ਨੇ ਸਿਰੇ ਚੜਾਇਆ ਹੋਵੇ। ਸਮਝ ਲਓ, ਅਗਰ ਮੈਂ ਅੱਜ
ਮੇਰੀ ਪੰਜਾਬੀ ਭਾਸ਼ਾ ਬਹੁਤ ਖਤਰੇ 'ਚ ਆ, ਮੈਂ ਮੁੱਦਾ ਚੱਕ ਲਿਆ, ਉਹਦਾ ਐਂਡ ਕੀ ਆ? ਜਿਹੜੇ ਬੰਦੇ ਨੇ ਮੁੱਦਾ ਚੱਕਿਆ ਸੀ ਉਹਦਾ ਐਂਡ ਕਿੱਥੇ ਤੱਕ ਨਿਕਲਿਆ ਵਾ? ਉਹਦਾ ਐਂਡ ਨਿਕਲਿਆ ਨਹੀਂ ਨਾ। ਅੱਛਾ, ਚਿੱਟਾ ਜੀ ਗੌਰਮੈਂਟ ਤੋਂ ਚਿੱਟਾ ਬੰਦ ਨਹੀਂ ਹੋ ਰਿਹਾ, ਉਹ ਬੰਦੇ ਨੇ ਉਹ ਵੀ ਚੱਕਿਆ ਜੀ, ਉਹ ਐਂਡ ਨਿਕਲਿਆ ਨਹੀਂ। ਇਹ ਸਿਰਫ ਗਰਮ ਗਰਮ ਲੋਹੇ 'ਤੇ ਸੱਟ ਮਾਰਨੇ ਜਾਣਦੇ ਆ ਤਾਂ ਜੋ ਵਿਊ ਆ ਸਕਣ, ਇਹਨਾਂ ਦਾ ਨਾਮ ਨਿਕਲ ਸਕੇ। ਚਾਰ ਬੰਦੇ ਇਹ ਪਰਖਦੇ ਨੇ, ਇਹ ਆਪਾਂ ਇਹ ਜਿਹੜੀਆਂ ਤੁਰੀਆਂ ਫਿਰਦੀਆਂ ਇਹਨਾਂ ਆਹ ਨਾ ਤੁਰੇ ਫਿਰਦੇ ਲੋਕ ਇਹਨਾਂ ਲਈ ਭੇਡਾਂ ਨੇ, ਇਹ ਪਰਖਦੇ ਨੇ ਵੀ ਸਾਡੇ ਮਗਰ। ਅੱਜ ਮੈਂ ਅੱਜ ਥੋੜਾ ਜਿਹਾ ਹਾਕ ਮਾਰਾਂ, ਦੇਖਦਾ ਕਿੰਨੀਆਂ ਕੁ ਭੇਡਾਂ ਇਕੱਠੀਆਂ ਹੁੰਦੀਆਂ। ਸਕਾਈਵਰਡ ਵਾਲ ਦੀ ਇੱਕ ਗੱਲ ਹੋਰ ਮੈਨੂੰ ਬੜੀ ਸੋਹਣੀ ਲੱਗੀ, ਕਹਿੰਦਾ ਇਹਨਾਂ ਦਾ ਇੱਕ ਵਾਰੀ ਫੇਸਬੁੱਕ ਲਾਈਵ ਬੰਦ ਕਰ ਦੋ ਬਸ, ਫਿਰ ਇਹ ਦੇਖੋ ਤੁਹਾਡੇ ਲਈ ਕਿੰਨਾ ਕੁ ਆਉਂਦੇ ਆ, ਕਿੰਨਾ ਕੁ ਇਕੱਠ ਕਰਦੇ। ਇਹਨਾਂ ਨੇ ਕੁਛ ਨੀ ਕਰਨਾ, ਕਿਉਂ ਫੇਸਬੁੱਕ ਤੋਂ ਯੂਟਿਊਬ ਤੋਂ ਪੈਸੇ ਆਉਂਦੇ ਆ, ਸਹੀ ਹੈ ਨਾ, ਬੋਲਣ ਦੇ ਉੱਥੇ ਵਿਊ ਵੱਧਦੇ ਆ, ਹਰ ਕੋਈ ਉਹ ਦੇਖਦਾ। ਤੇ ਪੰਜਾਬ ਪੰਜਾਬੀ ਤਾਂ ਹਰੇਕ ਨੂੰ ਪੰਜਾਬ ਨਾਲ ਹਮਦਰਦੀ ਆ, ਸਾਰੇ ਪੰਜਾਬ ਨੂੰ ਪਿਆਰ ਕਰਦੇ ਆ, ਠੀਕ ਹੈ ਨਾ। ਆਪਦਾ ਦਿਖਾਉਣ ਦਾ ਤੇ ਆਪਦੇ ਆਪ ਨੂੰ ਆਪਦਾ ਪੱਖ ਰੱਖਣ ਦਾ ਅੰਦਾਜ਼ ਅਲੱਗ ਅਲੱਗ ਹੁੰਦਾ ਵਾ, ਠੀਕ ਆ। ਤੇ ਹਰੇਕ ਦੇ ਮਗਰ ਅੱਜ ਕੱਲ੍ਹ ਦੇ ਤੁਸੀਂ ਵਲੋਗਰਾਂ ਨੂੰ ਮੂਹਰੇ ਲਾਈ ਫਿਰਦੇ ਹੋ, ਤੁਸੀਂ ਵਲੋਗਰਾਂ ਨੂੰ ਯੂਟਿਊਬਰਾਂ ਨੂੰ ਮੂਹਰੇ ਉਹਨਾਂ ਦੇ ਮਗਰ ਲੱਗੇ ਹੋਏ ਹੋ ਤੁਸੀਂ, ਠੀਕ ਆ। ਕੋਈ ਚੱਜ ਦਾ ਬੰਦਾ ਤੁਹਾਨੂੰ ਗੱਲ ਕਹਿੰਦਾ, ਤੁਸੀਂ ਉਹਦੀ ਗੱਲ ਨਹੀਂ ਸੁਣਦੇ, ਤੁਸੀਂ ਉਹ ਬੰਦੇ ਨੂੰ ਉਹਦੇ ਮਗਰ ਲੱਗਦੇ ਹੋ ਜਿਹੜਾ ਤੁਹਾਨੂੰ ਲਾਈਵ ਹੋ ਕੇ ਬਾਅਦ ਚੋਂ ਤੀਜੇ ਦਿਨ ਗਾਲਾਂ ਕੱਢਦਾ ਹੁੰਦਾ, ਭੈਣ ਚੋਂ ਮੈਨੂੰ ਬੰਦੇ ਆਟੋਗ੍ਰਾਫ ਲੈਣ ਆ ਗਏ, ਪਰੇ ਹੋ ਜਾਓ ਮੈਨੂੰ ਗਰਮੀ ਆਉਂਦੀ ਆ, ਹੈਂ, ਮੈਨੂੰ ਉਹ ਫੋਟੋ ਲੈਣ ਆਉਂਦਾ ਮੈਂ ਨਹੀਂ ਕਰਾਉਣੀ, ਤੁਸੀਂ ਉਹਨਾਂ ਬੰਦਿਆਂ ਮਗਰ ਲੱਗਦੇ ਹੋ। ਪੋਲੀਟੀਕਲ ਪੋਲੀਟਿਕਸ ਟੋਟਲੀ ਅਲੱਗ ਚੀਜ਼ ਆ, ਸੋਸ਼ਲ ਵਰਕਰ ਜਿਹੜਾ ਕਰਨਾ ਉਹ ਅਲੱਗ ਚੀਜ਼ ਆ, ਵਲੋਗਿੰਗ ਇਹ ਨਾ ਇਹ ਵਾਲੇ ਬੰਦਿਆਂ ਨੂੰ ਸਾਈਡ 'ਤੇ ਰਹਿਣ ਦਿਓ, ਜਿਹੜੇ ਐਕਚੁਅਲ ਸੋਸ਼ਲ ਵਰਕਰ ਨੇ, ਠੀਕ ਆ, ਜੋ ਹਮਦਰਦ ਲੋਕ ਨੇ, ਤੁਸੀਂ ਪਛਾਣੋ ਹੈਗੇ ਨੇ, ਉਹ ਪਛਾਣੋ, ਠੀਕ ਹੈ ਨਾ, ਉਹਨਾਂ ਦੇ ਮਗਰ ਲੱਗੋ, ਸਮਝ ਗਏ ਹੋ। ਐਵੇਂ ਇੱਥੇ ਤੁਸੀਂ ਦੋ ਅਗਰ ਆਪਾਂ ਇਹਦਾ ਪਿੱਛੇ ਥੋੜ੍ਹਾ ਬੈਕਗਰਾਉਂਡ 'ਤੇ ਝਾਤੀ ਮਾਰੋ ਤਾਂ ਇਹ ਕਿਹੜੀਆਂ ਵੀਡੀਓ ਬਣਾਉਂਦਾ ਰਿਹਾ, ਇਹ ਕਿੱਥੋਂ, ਇਹ ਕਿਹੜੇ ਗੰਦ ਵਗਦਾ ਰਿਹਾ ਵਾ ਹੁਣ ਆ ਕੇ ਇੱਕਦਮ ਸੋਸ਼ਲ ਮੀਡੀਆ 'ਤੇ। ਹੁਣ ਇਹ ਪਹਿਲਾਂ ਇਹ ਮੋਨਾ ਸੀ, ਮੋਨਾ ਬੰਦਾ ਜਦੋਂ ਥੋੜ੍ਹਾ ਚੜ੍ਹਾਈ 'ਚ ਆਉਂਦਾ ਪੱਗ ਕਿਉਂ ਬੰਨਦਾ ਵਾ, ਕਿਉਂ ਬੰਨਦਾ ਪੱਗ? ਆਪਣੀ ਰਿਸਪੈਕਟ ਦਿੱਤੀ ਜਾਂਦੀ ਹੈ ਬਾਈ, ਆਪਣੇ ਰਿਸਪੈਕਟ ਦਿੱਤੀ ਜਾਂਦੀ ਆ, ਵੀ ਹੁਣ ਫੜ ਲਓ, ਨਹੀਂ ਇੱਕ ਇਹਨੂੰ ਬਾਈ ਉਹ ਵੀ ਵਰਤਿਆ ਵੀ ਜਾਂਦਾ ਵਾ, ਉਹੀ ਆ ਰਿਸਪੈਕਟ ਦਿੱਤੀ ਜਾਂਦੀ ਆ, ਠੀਕ ਆ ਵੀ ਹੁਣ ਵਰਤ ਲਓ ਹੁਣ ਮੈਂ ਦੇਖੂੰਗਾ ਹੁਣ ਲੋਕਾਂ ਵਿੱਚ ਜਾਊਂਗਾ, ਠੀਕ ਹੈ। ਇੱਕ ਹੋਰ ਹੈਗਾ ਉੱਥੇ ਤੁਰਿਆ ਫਿਰਦਾ ਹੈ ਨਾ, ਉਹ ਵੀ ਚੱਲ ਆਪਾਂ ਹੁਣ ਨਾ ਤਾਂ ਕਾਹਨੂੰ ਲੈਣਾ ਵਾ, ਸਹੀ ਹੈ। ਤੇ ਇਹ ਮੇਰਾ ਪੰਜਾਬੀਆਂ ਲਈ ਮੈਸੇਜ ਸੀ, ਸਹੀ ਹੈ। ਗਲਤ ਮਾਲ ਹਾਂ ਠੀਕ ਆ, ਬਟ ਬੋਲਿਆ ਨੀ ਗਾ, ਗਲਤ ਮਾਲ ਤਾਂ ਅਸੀਂ ਆਪਦੀ ਰਹਿ ਦਿੱਤੀ ਆ, ਜੋ ਸਾਨੂੰ ਮਹਿਸੂਸ ਹੁੰਦਾ ਇੱਕ ਪੱਖ ਆ ਸਾਡਾ ਐਜ਼ ਏ ਪੰਜਾਬੀ ਹੋਣ ਦੇ ਨਾਤੇ, ਤਾਂ ਠੀਕ ਆ ਯਾਰ, ਬਚੋ ਸਾਰੇ, ਬਚੋ ਥੋੜਾ ਜਿਹਾ ਆਪਦੇ ਆਪ ਨੂੰ ਬਚਾਓ, ਮਾਹੌਲ ਸਹੀ ਕਰ ਦਿੰਦੇ ਆਪਾਂ ਪੰਜਾਬ ਦਾ। ਹੁਣ ਯਾਰ ਫਿਕਰ ਹੋਣਾ ਚਾਹੀਦਾ ਸ਼ਾਮ ਨੂੰ ਰੋਟੀ ਕਿੱਥੋਂ ਖਾਣੀ ਆ, ਅਸੀਂ ਸਵੇਰੇ ਕੰਮ ਸਾਡੇ ਕੋਲ ਹੈਗਾ ਕਿ ਨਹੀਂ ਹੈਗਾ, ਸ਼ਾਮ ਦੀ ਰੋਟੀ ਜੋਗਾ ਜੁਗਾੜ ਹੋਜੂ ਕਿ ਨਹੀਂ ਹੋਜੂ, ਆਪਾਂ ਜਾ ਕੇ ਉੱਥੇ ਕਿਸੇ ਨਾ ਕਿਸੇ ਫੁੱਦੂ ਮਗਰ ਜਾ ਕੇ ਉੱਥੇ ਬਹਿ ਕੇ ਆਪਦਾ ਹੈ ਨਾ ਸਾਰਾ ਦਿਨ ਵੇਸਟ ਕਰੇ ਆਉਂਦੇ ਹਾਂ। ਅਤੇ ਜੇ ਇਹ ਚੀਜ਼ਾਂ ਕੋਈ ਆਪ ਦਿਮਾਗ ਲਾਓ, ਕੋਈ ਆਪਦੀ ਸਟੱਡੀ 'ਤੇ ਜਾਂ ਬੱਚਿਆਂ ਨੂੰ ਉਹੋ ਜਿਹੇ ਸਕੂਲਿੰਗ ਦੇ ਵਿੱਚ ਪਾਓ ਤਾਂ ਜੋ ਆਪਣੇ ਬੱਚੇ ਗਰੋ ਹੋ ਕੇ ਪੜ੍ਹ ਲਿਖ ਸਕਣ, ਅੱਛੇ ਐਜੂਕੇਟਡ ਬਣ ਸਕਣ, ਤਾਂ ਜੋ IAS ਆਫਿਸਰ ਇਹ ਫੀਲਡ ਦੇ ਵਿੱਚ ਪਾਏ ਜਾਣ ਬੱਚੇ, ਇਹ ਤਾਂ ਜਾ ਕੇ ਇਹ ਕਮਿਊਨਿਟੀ ਸਟਰੋਂਗ ਹੋਣੀ ਆ, ਠੀਕ ਆ, ਊਂ ਨਹੀਂ ਹੋਰ ਕਾਸੇ ਨਾਲ ਨਹੀਂ ਹੋਣੀ ਸਟਰੋਂਗ ਇਹ, ਸਮਝ ਗਏ। ਚਲੋ ਜੀ, ਬੜੀ ਮਿਹਰਬਾਨੀ, ਥੈਂਕ ਯੂ ਸੋ ਮੱਚ ਜੀ।